ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਨਾਭਾ ਵਿਖੇ ਦੂਜੇ ਦਿਨ ਵੀ ਦੁੱਧ ਦੀਆਂ ਡੇਅਰੀਆਂ ਤੇ ਛਾਪੇਮਾਰੀ ਕੀਤੀ ਗਈ ਮਿਸ਼ਨ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਲਗਭਗ ਸਾਰੀ ਰੈਂਡਮਲੀ ਸਾਰੇ ਜਿਹੜੇ ਹੈਗੇ ਮਿਲਕ ਸੈਂਟਰ ਐਂਡ ਡੇਅਰੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਹੀ ਰੂਟੀਨ ਚੈਕਿੰਗ ਇਹਦੀ ਕੀਤੀ ਗਈ ਹੈ ਤਕਰੀਬਨ ਸਵੇਰੇ 4:15 ਵਜੇ ਇਹਦੀ ਚੈਕਿੰਗ ਸ਼ੁਰੂ ਕੀਤੀ ਗਈ ਜਿੱਥੋਂ ਕੋਈ 18 ਕੁਇੰਟਲ ਦੁੱਧ ਅਤੇ 125 ਕਿਲੋ ਪਨੀਰ ਅਤੇ 35 ਕਿਲੋ ਕਰੀਮ ਮਿਲੀ ਹੈ ਦੁੱਧ ਦੇ ਸੈਂਪਲ 2 ਲੈ ਲਏ ਕਰੀਮ ਦੇ ਸੈਂਪਲ 2 ਲੈ ਲਏ ਅਤੇ 1 ਪਨੀਰ ਦਾ ਸੈਂਪਲ ਲੈ ਲਿਆ ਉਹ ਸਾਰੇ ਲੈਬੋਰਟਰੀ ਨੂੰ ਭੇਜੇ ਜਾਣਗੇ ਜੋ ਵੀ ਰਿਜ਼ਲਟ ਆਊਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਨਾਭਾ ਤੋਂ ਦੀਪਕ ਬਾਂਗਾ ਅਤੇ ਬ੍ਰਿਜ ਖਰਾਣਾ ਦੀ ਰਿਪੋਰਟ ਚੈਨਲ 2